ਮਨਮੁਖ ਝੂਠੋ ਝੂਠ ਕਮਾਵੇ ਮਨਮੁਖ ਝੂਠੋ ਝੂਠ ਕਮਾਵੇ ਮਨਮੁਖ ਝੂਠੋ ਝੂਠ ਕਮਾਵੇ ਮਨਮੁਖ ਝੂਠੋ ਝੂਠ ਕਮਾਵੇ ਹਸਮੈ ਕਾ ਮੈਂ ਕਦੇ ਨਾ ਪਾਵੇ ਹਸਮੈ ਕਾ ਮਹਿਲ ਸੁਣ ਲਓ ਸਾਹਿਬ ਕਹਿੰਦੇ ਨੇ ਮਨਮੁਖ ਝੂਠੋ ਝੂਠ ਕਮਾਵੇ ਝੂਠ ਬੋਲਣ ਵਾਲਾ ਮਨਮੁਖ ਜਿਹੜਾ ਮਨ ਦੇ ਮਗਰ ਤੁਰਨ ਵਾਲਾ ਉਹ ਝੂਠ ਬੋਲੇ ਮਨ ਨੇ ਉਹਨੂੰ ਪ੍ਰੇਰਨਾ ਦਿੱਤੀ ਬੋਲ 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 ਨਿਕਲ ਜਾ ਬੋਲ ਕੇ ਨਿਕਲ ਜਾ ਐਵੇਂ ਫਸੇਗਾ ਫਸੇਗਾ ਕਈ ਵਾਰੀ ਮੈਂ ਵੇਖਿਆ ਸੱਚ ਬੋਲੇ ਤੇ ਦੋ ਚਪੇੜਾਂ ਪੈਂਦੀਆਂ ਝੂਠ ਬੋਲ ਕੇ ਬੰਦਾ ਨਿਕਲ ਗਿਆ ਉਹ ਦੋ ਚਪੇੜਾਂ ਬਚ ਗਈਆਂ ਪਰ ਜਿਸ ਦਿਨ ਝੂਠ ਪਕੜਿਆ ਗਿਆ ਫਿਰ ਦੋ ਨਹੀਂ ਫਿਰ ਮਲਟੀਪਲ ਕਰਕੇ ਪੈਂਦੀਆਂ ਨੇ ਆਖੋ ਸਤਨਾਮ ਮਲਟੀਪਲ ਕਰਕੇ ਪੈਂਦੀਆਂ ਫਿਰ ਦੋ ਦੂਣੀ ਚਾਰ ਨਹੀਂ ਫਿਰ ਚਾਰ ਦੂਣੀ ਅੱਠ ਨਹੀਂ ਫਿਰ ਅੱਠ ਦੂਣੀ ਸੋਲ੍ਹਾਂ ਤੇ ਫਿਰ ਚੱਲਣ ਦੇ ਅੱਗੇ ਤੂੰ ਮੇਰੇ ਨਾਲ ਏਦਾਂ ਧੋਖਾ ਕਰ ਉਦੋਂ ਸੱਚ ਕਿਉਂ ਨਾ ਬੋਲਿਆ ਉਹ ਮਾਲਕ ਕਹਿੰਦੇ ਨੇ ਮਨਮੁਖ ਝੂਠੋ ਝੂਠ ਕਮਾਵੇ ਝੂਠ ਹੀ ਕਮਾਈ ਜਾਂਦਾ ਖਸਮੈ ਕਾ ਮਹਿਲ ਕਦੇ ਨਾ ਪਾਵੇ ਕਦੇ ਨਾ ਪਾਵੇ ਖਸਮੈ ਦਾ ਘਰ ਖਸਮੈ ਦੀ ਖੁਸ਼ੀ ਖਸਮੈ ਦੀ ਬਖਸ਼ਿਸ਼ ਸਾਹਿਬ ਕਹਿੰਦੇ ਕਦੇ ਨਹੀਂ ਪਾ ਸਕੇਗਾ ਕਦੇ ਕਦੇ ਨਹੀਂ ਪਾ ਸਕੇ ਮੇਰੇ ਕੋਈ ਵਿਚਾਰ ਨਹੀਂ ਜੇ ਮੇਰੇ ਕੋਈ ਬੋਲ ਨਹੀਂ ਆਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਬੋਲ ਨੇ ਜਿਨ੍ਹਾਂ ਨੂੰ ਰੋਜ਼ ਤੁਸੀਂ ਸਿਜਦੇ ਪੇ ਕਰਦੇ ਹੋ ਰੋਜ਼ ਸਾਹਿਬ ਕਹਿੰਦੇ ਖਸਮੈ ਕਾ ਮੈਲ ਕਦੇ ਨਾ ਪਾਵੇ ਉਹ ਕਿਉਂ ਬੇਟਾ ਐਸੇ ਕੰਮ ਕਰਦਾ ਸਤਿਗੁਰ ਕਹਿੰਦੇ ਕਿਉਂ ਐਸੇ ਕੰਮ ਕਰਦਾ ਆਹ ਸਰੀਰ ਮਿਲਿਆ ਇਸ ਸਰੀਰ 'ਚ ਐਡੀ ਸੋਹਣੀ ਜਵਾਨ ਸਤਿਗੁਰ ਨੇ ਤੈਨੂੰ ਦਿੱਤੀ ਬੋਲਣ ਦੀ ਤਾਕਤ ਦਿੱਤੀ ਗੂੰਗਿਆਂ ਕੋਲ ਵੀ ਜਵਾਨ ਹੁੰਦੀ ਹੈ ਪਰ ਬੋਲਣ ਦੀ ਤਾਕਤ ਨਹੀਂ ਹੁੰਦੀ ਆ ਤਾਂ ਸਤਨਾਮ ਉਹ ਤੈਨੂੰ ਜ਼ਬਾਨ ਵੀ ਦਿੱਤੀ ਤਾਕਤ ਵੀ ਦਿੱਤੀ ਇਹਦਾ ਗਲਤ ਇਸਤੇਮਾਲ ਕਿਉਂ ਕਰਦਾ ਕਿਉਂ ਆਪਣਾ ਬੇੜਾ ਰੋੜਨ 'ਚ ਲੱਗਾ ਹੈ ਕਿਉਂ ਆਪਣੀ ਪੱਤ ਨੰਗੀ ਕਰਨ 'ਚ ਲੱਗਾ ਹੈ ਆਪਣੀ ਮੈਂ ਗੱਲ ਕਰ ਰਿਹਾ ਆਪਣੀ ਅਸੀਂ ਸੋਚਦੇ ਹਾਂ ਅਸੀਂ ਉਹਦਾ ਕੰਮ ਵਿਗਾੜ ਰਹੇ ਹਾਂ ਅਸੀਂ ਉਹਦੇ ਨਾਲ ਫਰੇਬ ਕਰ ਰਹੇ ਹਾਂ ਇਸ ਬੋਲ ਦੇ ਨਾਲ ਨਹੀਂ ਸਾਹਿਬ ਕਹਿੰਦੇ ਅਲਟੀਮੇਟਲੀ ਤੇਰਾ ਮਾੜਾ ਹੋ ਰਿਹਾ ਤੇਰਾ ਮਾੜਾ ਹੋ ਰਿਹਾ ਇੰਨੀ ਸੋਹਣੀ ਜਵਾਨ ਮਿਲੀ ਆ ਗੁਣ ਗਾਉਣ ਲਈ ਮਿਲੀ ਸੀ ਨੇਕ ਬੋਲ ਬੋਲਣ ਲਈ ਮਿਲੀ ਸੀ ਜੋੜਨ ਵਾਸਤੇ ਮਿਲੀ ਸੀ ਉਹ ਤੂੰ ਕਰਦਾ ਕੀ ਰਿਹਾ ਓਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬੋਲੀਏ ਸੱਚ ਇੱਥੇ ਮੈਂ ਇੱਕ ਗੱਲ ਹੋਰ ਬੋਲਣਾ ਚਾਹੂੰਗਾ ਜੀ ਆਹ ਗੱਲ ਖੁੱਲ ਕਿਉਂਕਿ ਜੇ ਪੂਰੀ ਤਰ੍ਹਾਂ ਗੱਲ ਨਾ ਖੁੱਲੀ ਨਾ ਫਿਰ ਕਈ ਵਾਰੀ ਕਥਾ ਕਹਿਰ ਬਣ ਜਾਂਦੀ ਕਈ ਵਾਰੀ ਸਾਧ ਸੰਗਤ ਉਹ ਸੱਚ ਜਿਹਦੇ ਬੋਲਣ ਦੇ ਨਾਲ ਦੂਸਰੇ ਦੇ ਪਰਦੇ ਨੰਗੇ ਹੁੰਦੇ ਹੋਣ ਉਹ ਸੱਚ ਜਿਹਦੇ ਬੋਲਣ ਦੇ ਨਾਲ ਦੂਜੇ ਦਾ ਨੁਕਸਾਨ ਹੁੰਦਾ ਹੋਵੇ ਉਹ ਰੁੱਲ ਜਾਏਗਾ ਤੇਰੇ ਸੱਚ ਦੇ ਨਾਲ ਧਿਆਨ ਦੇਣਾ ਉਹ ਬਰਬਾਦ ਹੋ ਜਾਏਗਾ ਤੇਰੇ ਸੱਚ ਦੇ ਨਾਲ ਫਿਰ ਉਹ ਸੱਚ ਝੂਠ ਨਾਲੋਂ 100 ਗੁਣਾ ਭੈੜਾ ਜੇ ਆਖੋ ਸਤਨਾਮ ਆਹ ਵੀ ਸੁਣ ਲਓ ਕਿਤੇ ਇਹ ਨਾ ਹੋਵੇ ਤੁਸੀਂ ਕਹੋ ਜੀ ਇਹ ਤਾਂ ਦਿਵਾਨ ਜੀ ਸੁਣਿਆ ਜੀ ਸੱਚ ਹੀ ਬੋਲਣਾ ਮੈਂ ਤਾਂ ਸੱਚ ਹੀ ਬੋਲਣਾ ਉਸ ਤੇਰੇ ਸੱਚ ਕਰਕੇ ਉਹਦਾ ਬੇੜਾ ਗਰਕ ਹੋ ਗਿਆ ਉਹਦੇ ਸੱਚ ਤੇਰੇ ਸੱਚ ਕਰਨ ਬੋਲਣ ਕਰਕੇ ਉਹ ਰੁੱਲ ਗਿਆ ਵਿਚਾਰਾ ਫਿਰ ਉਹ ਸੱਚ ਝੂਠ ਨਾਲੋਂ ਵੀ ਮਾੜਾ ਤੇ ਜੇ ਉਹ ਝੂਠ ਜਿਹਦੇ ਨਾਲ ਕਿਸੇ ਦੇ ਪਰਦੇ ਟਕੇ ਜਾਂਦੇ ਨੇ ਉਹ ਝੂਠ ਜਿਹਦੇ ਨਾਲ ਕਿਸੇ ਦੀ ਪੱਤ ਬਚਦੀ ਹੈ ਕੋਈ ਰੁੱਲਣ ਤੋਂ ਬਚਦਾ ਧਰਮ ਖਾਤਰ ਉਹ ਝੂਠ ਵੀ ਪਰਵਾਨ ਹੈ ਆਖੋ ਸਤਨਾਮ ਮੈਂ ਖੁੱਲ ਕੇ ਕਹਿ ਰਿਹਾ ਜੀ ਉਹ ਝੂਠ ਵੀ ਪਰਵਾਨ ਇਤਿਹਾਸਕ ਸਾਖੀਆਂ ਜੇ ਇਤਿਹਾਸਕ ਸਾਖੀਆਂ
ਗਨੀ ਖਾਂ ਨਬੀ ਖਾਂ ਦੱਸੋ ਜਦੋਂ ਗਨੀ ਖਾਂ ਨਬੀ ਖਾਂ ਉੱਚ ਦਾ ਪੀਰ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਲਕੀ 'ਚ ਬਿਠਾ ਕੇ ਲੈ ਕੇ ਜਾ ਰਹੇ ਨੇ ਮਾਛੀਵਾੜੇ ਦੇ ਜੰਗਲਾਂ ਤੋਂ ਕੱਢਿਆ ਸਿਪਾਹੀਆਂ ਨੇ ਰੋਕ ਲਿਆ ਬੈਰੀਅਰ ਲੱਗਾ ਸੀ ਸਿਪਾਹੀਆਂ ਨੇ ਰੋਕ ਲਿਆ ਕਹਿੰਦੇ ਕੌਣ ਹੈ ਅੰਦਰ ਦੱਸੋ ਜੀ ਕੌਣ ਹੈ ਅੰਦਰ ਤੁਹਾਨੂੰ ਪਤਾ ਹੀ ਕਹਿੰਦੇ ਉੱਚ ਦਾ ਪੀਰ ਉੱਚ ਦਾ ਪੀਰ ਆਪਣੀ ਥਾਂ ਤੇ ਉਹਨਾਂ ਨੇ ਸੱਚ ਬੋਲਿਆ ਪਰ ਦੇਖਿਆ ਜਾਵੇ ਹੈ ਝੂਠ ਕਹਿੰਦੇ ਕੀ ਉਹ ਝੂਠ ਮਾੜਾ ਸੀ ਦੱਸੋ ਅੱਜ ਵੀ ਗਨੀ ਖਾਂ ਨਵੀ ਖਾਂ ਦੇ ਸਥਾਨ ਦੀ ਧੂੜੀ ਲੈਣ ਵਾਸਤੇ ਸਿੱਖ ਸੰਗਤਾਂ ਜਾਂਦੀਆਂ ਨੇ ਆਖੋ ਸਤਨਾਮ ਜਾਂਦੀਆਂ ਜਾਂਦੀਆਂ ਦੂਜੀ ਗੱਲ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਜੀ ਜਦੋਂ ਪਤਾ ਲੱਗਾ ਹਰਿਮੰਦਰ ਸਾਹਿਬ ਮੱਸੇ ਰੰਗਣ ਨੇ ਕੁਕਰਮ ਸ਼ੁਰੂ ਕੀਤੇ ਹੋਏ ਕੰਜਰੀਆਂ ਨਚਾ ਰਿਹਾ ਸ਼ਰਾਬ ਦੇ ਦੌਰ ਚੱਲ ਰਹੇ ਹਰਿਮੰਦਰ ਸਾਹਿਬ ਦੇ ਅੰਦਰ ਬਰਦਾਸ਼ਤ ਨਹੀਂ ਹੋਇਆ ਸਿੱਖਾਂ ਨੂੰ ਜਥੇਦਾਰ ਸਾਹਿਬ ਨੇ ਆਵਾਜ਼ ਦਿੱਤੀ ਕੋਈ ਹੈ ਜਿਹੜਾ ਇਸ ਕੁਕਰਮ ਦਾ ਜਵਾਬ ਦੇਗਾ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਆ ਉੱਠੇ ਦੋਨੋਂ ਗੁਰੂ ਕੇ ਲਾਲ ਹੁਣ ਕੀ ਕੀਤਾ ਸੀ ਦੱਸੋ ਠੀਕਰੀਆਂ ਭਰ ਲਈਆਂ ਸਤ ਸੰਗਤ ਬੋਰੇ 'ਚ ਤੇ ਜਦੋਂ ਸਿਪਾਹੀਆਂ ਨੇ ਪੁੱਛਿਆ ਸੀ ਨਾ ਕੀ ਹੈ ਕਹਿੰਦੇ ਜੀ ਮਾਮਲਾ ਤਾਰਨ ਆਏ ਆ ਮੋਹਰਾਂ ਨੇ ਆਖੋ ਸਤਨਾਮ ਝੂਠੀ ਬੋਲਿਆ ਨਾ ਜੀ ਮਾਮਲਾ ਤਾਰਨ ਆਏ ਆ ਮੋਹਰਾਂ ਨੇ ਤੇ ਜਿਹੜਾ ਉਹ ਬੈਠਾ ਸ਼ਰਾਬੀ ਕਬਾਬੀ ਅਯਾਸ਼ ਮੱਸਾ ਰੰਗਣ ਸਾਧ ਸੰਗਤ ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਵਿਰਾਜਮਾਨ ਹੁੰਦੇ ਉੱਥੇ ਉਹ ਮੱਸਾ ਰੰਗਣ ਉਹ ਬੈਠਾ ਸ਼ਰਾਬ ਦੇ ਦੌਰ ਚੱਲਦੇ ਤੇ ਜਦੋਂ ਸੁੱਖਾ ਸਿੰਘ ਜੀ ਮਹਿਤਾਬ ਸਿੰਘ ਜੀ ਜਦੋਂ ਅੰਦਰ ਆਏ ਉਹ ਬਾਹਰ ਨਿਕਲ ਗਈ ਅੱਖ ਭਰ ਆਈ ਮਨ ਹੀ ਮਨ ਕਹਿੰਦੇ ਹੇ ਗੁਰੂ ਰਾਮਦਾਸ ਮਹਾਰਾਜ ਆ ਦਿਨ ਦੇਖਣ ਵਾਸਤੇ ਜਿੰਦੇ ਆ ਦਿਨ ਦੇਖਣ ਵਾਸਤੇ ਹੁਣ ਕਿਰਪਾ ਕਰ ਸਾਡੇ ਕੋਲ ਸੇਵਾ ਲਈ ਖਾਲੀ ਨਾ ਮੁੜੀਏ ਹੇ ਗੁਰੂ ਰਾਮਦਾਸ ਮਹਾਰਾਜ ਜਿਹਨੇ ਤੇਰੇ ਦਰ ਦੀ ਪਵਿੱਤਰਤਾ ਭੰਗ ਕੀਤੀ ਹੈ ਹੁਣ ਖਾਲੀ ਨਾ ਮੋੜੀਏ ਨੇਜੇ ਤੇ ਟੰਗ ਕੇ ਉਹਦਾ ਸਿਰ ਝੂਲਦੇ ਹੋਏ ਲੈ ਕੇ ਜਾਈਏ ਗੁਰੂ ਰਾਮਦਾਸ ਮਹਾਰਾਜ ਆ ਕਿਰਪਾ ਕਰ ਹੁਣ ਦੱਸੋ ਉੱਥੇ ਜਿਹੜਾ ਝੂਠ ਬੋਲਿਆ ਸੱਚ ਨਾਲ ਉੱਪਰ ਸੀਗੀ ਨਹੀਂ ਸੀ ਆਖੋ ਸਤਨਾਮ ਉਹ ਬੋਰਾ ਛੰਨ ਛੰਨ ਕਰੇ ਉਹ ਅਯਾਸ਼ ਸ਼ਰਾਬੀ ਉਹ ਜਦੋਂ ਉਹਨੇ ਛੰਨ ਛੰਨ ਸੁਣਿਆ ਕਹਿੰਦੇ ਉਹ ਕੀ ਹੈ ਕਹਿੰਦੇ ਮਹਾਰਾਜ ਮਾਮਲਾ ਤਾਰਨ ਆਇਆ ਮੋਹਰਾਂ ਨੇ ਓਹੋ ਬੜੀ ਲੋੜ ਸੀ ਬੜੀ ਲੋੜ ਸੀ ਲਿਆਓ ਬਾਈ ਲਿਆਓ ਬੜੀ ਸਹੀ ਸਮੇਂ ਤੇ ਤੁਸੀਂ ਆਇਓ ਲਿਆਓ ਏਦਾਂ ਸਾਧ ਜਦੋਂ ਗਿਰਾਣ ਲੱਗੇ ਉਹਨੇ ਥੱਲੇ ਵੇਖਿਆ ਥੱਲੇ ਇੱਕੋ ਝਟਕੇ ਜੇ ਸਾਧ ਸਿੰਘ ਉਹ ਗਿਆ ਸਿਰ ਉਹਦਾ ਆਖੋ ਸਤਨਾਮ ਇੱਕੋ ਝਟਕੇ ਜੇ ਉਹ ਗਿਆ ਸਿਰ ਨੇਜੇ ਚ ਪਰੋ ਕੇ ਦਗੜ ਦਗੜ ਕਰਦੇ ਨਿਕਲ ਗਏ ਆਖੋ ਸਤਨਾਮ ਹੁਣ ਦੱਸੋ ਉੱਥੇ ਝੂਠ ਗਿਆ ਬੋਰੇ ਚ ਕੁਝ ਹੋਰ ਹਾਂਜੀ ਬੋਲਿਆ ਕੁਝ ਹੋਰ ਪਰ ਅੱਗੇ ਮਕਸਦ ਕੀ ਸੀ ਧਿਆਨ ਦੇਣ ਅੱਗੇ ਮਕਸਦ ਕੀ ਸੀ ਕਈ ਵਾਰੀ ਝੂਠ ਅਗਰ ਧਰਮ ਲਈ ਬੋਲਿਆ ਜਾਂਦਾ ਕਈ ਵਾਰੀ ਝੂਠ ਸਤਸੰਗ ਕਿਸੇ ਦੇ ਹਿੱਤ ਖਾਤਰ ਬੋਲਿਆ ਜਾਂਦਾ ਸਾਹਿਬ ਸਮਝਦੇ ਨੇ ਤੂੰ ਕਿਉਂ ਝੂਠ ਬੋਲਿਆ ਸਾਹਿਬ ਵੇਖ ਰਹੇ ਨੇ ਸਾਹਿਬ ਸਭ ਜਾਣਦੇ ਨੇ ਜਾਣੀ ਜਾਣਦੇ ਪਿਤਾ ਸਾਹਿਬ ਅੰਦਰ ਦੀ ਮਨਸ਼ਾ ਨੂੰ ਦੇਖਦੇ ਨੇ ਮਨਸ਼ਾ ਨੂੰ ਉਸ ਮਨਸ਼ਾ ਨੂੰ ਰੱਖ ਕੇ ਤੇਰੀ ਜ਼ਬਾਨ ਨੇ ਕੀ ਬੋਲ ਬੋਲਿਆ ਉਸ ਮਨਸ਼ਾ ਨੂੰ ਰੱਖ ਕੇ
ਤੇਰੀ ਜ਼ਬਾਨ ਨੇ ਕੀ ਬੋਲ ਬੋਲਿਆ ਬਸ ਉਹ ਪਿੱਛੇ ਮਨਸ਼ਾ ਸਾਹਿਬ ਪੜਦੇ ਨੇ ਆਖੋ ਸਤਨਾਮ ਨਜਾਇਜ਼ ਵੀ ਝੂਠ ਬੋਲੀ ਜਾਂਦਾ ਪਾਗਲ ਬਣਾਉਣ ਵਾਸਤੇ ਝੂਠ ਬੋਲ ਰਹੇ ਫਰੇਬ ਕਰਨ ਵਾਸਤੇ ਝੂਠ ਬੋਲ ਰਹੇ ਪੜਦੇ ਨੰਗੇ ਕਰਨ ਵਾਸਤੇ ਝੂਠ ਬੋਲ ਰਹੇ ਮਾੜਾ ਕਰਨ ਵਾਸਤੇ ਝੂਠ ਬੋਲ ਰਹੇ ਸੰਗਤ ਜੀ ਫਿਰ ਸਾਹਿਬ ਨੇ ਮਨਸ਼ਾ ਦੇਖਣਾ ਫਿਰ ਨਹੀਂ ਬਖਸ਼ਿਆ ਜਾਏਗਾ ਫਿਰ ਨਹੀਂ ਬਖਸ਼ਿਆ ਜਾਏਗਾ ਇਸ ਲਈ ਸਾਹਿਬ ਕਹਿੰਦੇ ਨੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬੋਲੀਏ ਸੱਚ ਧਰਮ ਝੂਠ ਨਾ